हाँ जी किसान वीरो सत श्री अकाल, मैं परगट सिंह फसलों की जानकारी तो अज तुहाडे नाल एक छोटी जी ते अहम जानकारी शेयर करनी है। पंजाब दे विच डॉक्टर कृष्ण चंद्रा जी आ रहे हैं ते किसानां नूं वेस्ट डीकंपोजर दे रिगार्डिंग गाइड करन लई एक किसान वीर जिहड़े कि वड्डे लैवल ते वेस्ट डीकंपोजर वरत रहे आ खेतां दे विच, उहनां दे खेत दे विच इह मेला लग रहा, सम्मेलन हो रहा है। उस जगह की मैं लोकेशन भी थले कमेंट के भी पिन कराँगा, डिस्क्रिप्शन के भी इस लोकेशन का जिहड़ा डाटा दिता हुआ है। तो उस पिंड का नाँ जी भागसर, तो भागसर पिंड जिहड़ा हैगा गा वह अबोर टू आप डब्बा वाली जाइए तो सीधो दे नेड़े जिहड़ा पैंदा, क्योंकि भागसर पिंड जिहड़े पंजाब दे विच दो तीन हैगे आ, एक मुक्तसर दे विच पैंदा, पर जिहड़ा अबोहर दे विच पैंदा तां सीतो जिहड़ा अबोहर टू डब्बा वाली रोड दे उत्ते पैंदा, उस पिंड तो 15 किलोमीटर की दूरी दे विच ही इह पिंड हैगा। उत्थों दे किसान वीर रणधीर सिंह दे खेत दे विच उह मेला लग रहा, जिथे कि सारे किसान भीर पहुँचणगे जिहड़े वेस्ट डीकंपोजर दे रिगार्डिंग जानकारी लैणा चाहुंदे आ, जरूर आउण। तुसीं भी नीचे दस्सो जेकर तुसीं वेस्ट डीकंपोजर वरतदे हो, जां तुहाडे कोल अवेलेबल हैगा तां होर किसानां किसान वीरां दे नाल शेयर करो। ਵੱਧ ਤੋਂ ਵੱਧ ਜਿੰਨਾ ਵੀ ਤੁਸੀਂ ਉਹਨੂੰ ਯੂਜ਼ ਕਰੋਗੇ ਤੁਹਾਡਾ ਖਰਚਾ ਉਸ ਦੇ ਨਾਲ ਘਟਣਾ, ਅਤੇ ਜਿਹੜੇ ਹੋਣ ਵਾਲੇ ਫਾਇਦੇ ਆ ਤੁਹਾਨੂੰ ਆਪਣੇ ਆਪਣੇ ਖੇਤ ਦੇ ਵਿੱਚ ਨਜ਼ਰ ਆਉਣਗੇ। ਅਤੇ ਇਸ ਤੋਂ ਇਲਾਵਾ ਜਿਹੜੇ ਪੰਜਾਬ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੁਆਰਾ ਮੇਲੇ ਲਾਏ ਜਾਣੇ ਆ, ਤਾਂ ਉਹਨਾਂ ਦੀ ਜਾਣਕਾਰੀ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ। ਆਸ ਕਰਦਾ ਕਿ ਤੁਹਾਡੇ ਤੱਕ ਦਿੱਤੀ ਗਈ ਜਾਣਕਾਰੀ ਹੈ ਜਿਹੜੀ, ਤੁਸੀਂ ਹੋਰ ਕਿਸਾਨ ਵੀਰਾਂ ਨਾਲ ਵੀ ਇਹ ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਕਰੋਗੇ। ਪੰਜਾਬ ਦੇ ਵਿੱਚ ਜਿਹੜੇ ਕਿਸਾਨ ਮੇਲੇ ਲੱਗਣੇ ਆ ਉਹਨਾਂ ਦੀਆਂ ਮੈਂ ਤਰੀਕਾਂ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ। ਡੇਟਸ ਜਿਹੜੀ ਹੈਗੀ, ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਬਠਿੰਡਾ ਕਿਸਾਨ ਮੇਲਾ ਲੱਗੇਗਾ ਜਿਹੜਾ ਕਿ 1 ਮਾਰਚ ਨੂੰ ਲੱਗਣਾ ਹੈ, ਅਤੇ ਬੱਲੋਵਾਲ ਸੁਖੜੀ ਅਤੇ ਨਾਗਪੁਰ ਕਲਾਂ ਜਿਹੜਾ ਹੈਗਾ ਅੰਮ੍ਰਿਤਸਰ ਦੇ ਵਿੱਚ ਆ, ਦੋਨੇ ਮੇਲੇ 6 ਮਾਰਚ ਨੂੰ ਹੀ ਲੱਗਣੇ ਆ, ਇਹ ਨੋਟ ਕਰ ਲਓ ਜੀ। ਗੁਰਦਾਸਪੁਰ ਨੂੰ ਜਿਹੜਾ ਹੈਗਾ 8 ਤਰੀਕ ਮਿਲੀ ਆ, ਗੁਰਦਾਸਪੁਰ ਕਿਸਾਨ ਮੇਲਾ 8 ਤਰੀਕ ਨੂੰ ਲੱਗਣਾ ਜੀ, ਅਤੇ ਫਰੀਦਕੋਟ ਮੇਲਾ ਵੀ 8 ਮਾਰਚ ਨੂੰ ਹੀ ਲੱਗਣਾ। ਇਸ ਤੋਂ ਬਾਅਦ ਜਿਹੜਾ ਵੱਡਾ ਕਿਸਾਨ ਮੇਲਾ ਪੰਜਾਬ ਦਾ 2 ਦਿਨ ਦਾ ਲੁਧਿਆਣਾ ਦੇ ਵਿੱਚ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਲੱਗਣਾ, ਜਿਹੜਾ 15 ਅਤੇ 16 ਮਾਰਚ ਨੂੰ ਉਹ ਲੱਗਣਾ, ਅਤੇ ਰਾਉਣੀ ਜਿਹੜਾ ਪਟਿਆਲੇ ਦੇ ਵਿੱਚ ਲੱਗਦਾ ਤਾਂ ਉਹ 19 ਤਰੀਕ ਨੂੰ ਜਿਹੜੀ ਡੇਟ ਉਹਨਾਂ ਨੂੰ ਮਿਲੀ ਹੋਈ ਹੈ, 19 ਮਾਰਚ ਨੂੰ ਉਹ ਕਿਸਾਨ ਮੇਲਾ ਲੱਗੂਗਾ। ਅਤੇ ਇਹ ਡੇਟਾ ਵੀ ਤੁਹਾਡੇ ਨਾਲ ਮੈਂ ਸ਼ੇਅਰ ਕੀਤੀਆਂ, ਕਿਸਾਨ ਵੀਰਾਂ ਨਾਲ ਇਸ ਵੀਡੀਓ ਨੂੰ ਸ਼ੇਅਰ ਕਰਿਓ। ਅਤੇ ਜਿਹੜਾ ਵੇਸਟ ਡੀਕੰਪੋਜ਼ਰ ਦੇ ਰਿਗਾਰਡਿੰਗ ਜਾਂ ਵੇਸਟ ਡੀਕੰਪੋਜ਼ਰ ਦੇ ਰਿਗਾਰਡਿੰਗ ਤੁਹਾਡੇ ਜਿੰਨੇ ਵੀ ਸਵਾਲ ਹੈ, ਕੋਈ ਵੀ ਜਾਣਕਾਰੀ ਤੁਹਾਡੇ ਕੋਲ ਅਧੂਰੀ ਹੈ, ਜਾਂ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਜਿਹੜਾ ਰਿਜ਼ਲਟ ਨਹੀਂ ਮਿਲ ਰਿਹਾ ਤਾਂ ਕਿਉਂ ਨਹੀਂ ਮਿਲ ਰਿਹਾ, ਉਹਨੂੰ ਵੱਧ ਤੋਂ ਵੱਧ ਆਪਾਂ ਕਿਹੜੇ ਕਿਹੜੇ ਤਰੀਕਿਆਂ ਨਾਲ ਯੂਜ਼ ਕਰ ਸਕਦੇ ਹਾਂ, ਸਾਰੀ ਜਾਣਕਾਰੀ ਉਸ ਮੇਲੇ ਦੇ ਵਿੱਚ ਦਿੱਤੀ ਜਾਵੇਗੀ। ਇਹ ਜਿਹੜਾ ਮੇਲਾ ਗਾ ਅਬੋਹਰ ਦੇ ਵਿੱਚ, ਜਿਹੜਾ ਪਿੰਡ ਆ ਪਿੰਡ ਭਾਗਸਰ, ਭਾਗਸਰ ਨੂੰ ਤਹਿਸੀਲ ਵੀ ਅਬੋਹਰ ਲੱਗਦੀ ਹੈ ਅਤੇ ਡਿਸਟ੍ਰਿਕਟ ਆ ਜਿਹੜਾ ਉਹ ਫਾਜ਼ਿਲਕਾ ਲੱਗਦਾ। ਇਹ ਕਿਸਾਨ ਵੀਰ ਡਾਊਟ ਜਿਹੜਾ ਚੱਲ ਰਹੇ ਆ ਲੈ ਕੇ, ਇਸ ਨੂੰ ਮੈਂ ਕਲੀਅਰ ਕਰਨ ਲਈ ਇਹ ਵੀਡੀਓ ਬਣਾਈ ਆ, ਤਾਂ ਕਿ ਹੋਰ ਕਿਸਾਨ ਵੀਰਾਂ ਨਾਲ ਜਿਹੜੀ ਸਾਰੀ ਜਾਣਕਾਰੀ ਸਾਂਝੀ ਕੀਤੀ ਜਾ ਸਕੇ। ਕਿਸਾਨ ਵੀਰ ਮੇਲਿਆਂ ਦੇ ਵਿੱਚ ਜਾਂਦੇ ਆ ਪਰ ਉੱਥੇ ਜਿਹੜੀ ਬਹੁਤ ਸਾਰੀ ਮਸ਼ੀਨਰੀ ਦੇ ਨਾਲ ਜਾਂ ਹੋਰ ਕਿਸੇ ਟੈਂਪਲੇਟਸ ਦੇ ਨਾਲ ਜਿਹੜਾ ਉਹ ਡਾਟਾ ਲੈ ਕੇ ਵਾਪਸ ਆ ਜਾਂਦੇ ਆ, ਜਾਣਕਾਰੀ ਉਹਨਾਂ ਨੂੰ ਪ੍ਰੋਪਰ ਨਹੀਂ ਮਿਲਦੀ ਹੈਗੀ, ਪਰ ਜਿਹੜੀ ਫੇਸ ਟੂ ਫੇਸ ਜਾਂ ਗੱਲ ਕਰਕੇ ਜਾਣਕਾਰੀ ਮਿਲਦੀ ਜਾਂ ਵੀਡੀਓ ਰਾਹੀਂ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਹਾਡੇ ਤੱਕ ਮੈਂ ਪਹੁੰਚਾਉਂਦਾ ਰਹਿੰਦਾ ਗਾ। ਉਸ ਮੇਲੇ 'ਤੇ ਆਪਾਂ ਜਾਣ ਦੀ ਕੋਸ਼ਿਸ਼ ਕਰਾਂਗੇ, ਅਤੇ ਜਿੰਨੇ ਵੀ ਕਿਸਾਨ ਭੀਰ ਵੀਡੀਓ ਦੇਖ ਰਹੇ ਆ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਜਿਨ੍ਹਾਂ ਕੋਲ ਵੇਸਟ ਡੀਕੰਪੋਜ਼ਰ ਹੈਗਾ, ਹੋਰ ਕਿਸਾਨ ਵੀਰਾਂ ਨੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਜਿੰਨਾ ਸ਼ੇਅਰ ਕਰੋਗੇ, ਕਿਉਂਕਿ ਇਹ ਫਰੀ ਦੀ ਚੀਜ਼ ਆ, ਇਹਨੂੰ ਆਪਾਂ ਇੱਕ ਵਾਰ ਲੈਣਾ ਪੈਂਦਾ, ਅਤੇ ਲੈ ਹੁਣ ਔਨਲਾਈਨ ਦੇ ਵਿੱਚ ਵੀ ਜਿਹੜਾ ਸਿਸਟਮ ਆ ਉਹ ਕੀਤਾ ਗਿਆ, ਪਰ ਉਹਦੇ ਵਿੱਚ ਜਿਹੜਾ ਹੈਗਾ ਸਹੀ ਨਹੀਂ ਆ ਰਿਹਾ, ਬਹੁਤ ਸਾਰਾ ਜਿਹੜਾ ਬੈਕਟੀਰੀਆ ਉਹ ਗਲਤ ਫੋਰਮ ਦੇ ਵਿੱਚ ਆ ਰਿਹਾ, ਉਹ ਕਿਸਾਨ ਵੀਰਾਂ ਲਈ ਯੂਜ਼ੇਬਲ ਫੋਰਮ ਦੇ ਵਿੱਚ ਨਹੀਂ ਹੈਗਾ ਜਾਂ ਉਹ ਡੈੱਡ ਬੈਕਟੀਰੀਆ ਹੈਗਾ, ਤਾਂ ਉਹਦੇ ਸਾਰੀਆਂ ਜਾਣਕਾਰੀ ਦੀਆਂ ਵੀਡੀਓ ਡਾਕਟਰ ਕ੍ਰਿਸ਼ਨ ਚੰਦਰਾ ਜੀ ਦੇ ਚੈਨਲ 'ਤੇ ਤੁਹਾਨੂੰ ਮਿਲਦੀਆਂ ਰਹਿੰਦੀਆਂ ਨੇ, ਤਾਂ ਉਹ ਵੀ ਉਸ ਮੇਲੇ ਦੇ ਵਿੱਚ ਆ ਰਿਹਾ। ਰਣਧੀਰ ਵੀਰ ਜੀ ਦੇ ਖੇਤ ਦੇ ਵਿੱਚ ਇਹ ਮੇਲਾ ਹੋ ਰਿਹਾ, ਤਾਂ ਉਸ ਮੇਲੇ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਨੀ। ਜਿੰਨੇ ਵੀ ਕਿਸਾਨ ਭਰਾ ਵੀਡੀਓ ਦੇਖ ਰਹੇ ਆ, ਲਾਈਕ ਕਰਕੇ ਕੋਈ ਵੀ ਸਵਾਲ ਹੋਇਆ ਨੀਚੇ ਕਮੈਂਟ ਕਰ ਸਕਦੇ ਹੋ, ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਮੋਬਾਈਲ 'ਤੇ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੇ ਰਹਿਣ। ਓਕੇ ਜੀ, ਧੰਨਵਾਦ ਕਿਸਾਨ ਵੀਰ।